श्री मुक्तसर साहब के नाल लगती सरहद फीडर एक औरत ने बच्चे समेत छाल मार दी। दोवां दे बचाव लई पिंड भुल्लर वासी दे दो व्यक्ति भी नहर दे विच उतरे। बच्चे का तो बचाव हो गया पर औरत अते बचाव दे लई जिहड़ा नहर दे विच दूजा व्यक्ति उतरिया सी ओह रुड़ गए। औरत का नाम हरजिंदर कौर पत्नी कुलविंदर सिंह दस्या जा रहा है। उधर दूजे पासे बचाव लई नहर दे विच उतरिया व्यक्ति गुरदीप सिंह पिंड भुल्लर का दस्या जा रहा है जो कि अजे तक लापता है। श्री मुक्तसर साहब तो अज की आवाज़ दे लई विकरीत बावा की रिपोर्ट। जवाक दा नाम है गुरदीप, ठीक है जी। वह तो आपस में दोवें भैणां लड़ियां सी घरे, वह ही बोला बाली हुई सी, वह बोली नहीं सी। वह तो सानू यह कह के गई सी भी अभी मैं स्कूल छड्डन चली हाँ जवाक नूं, ठीक है जी। तो असी आखा चल डेली जांदी आ, तो चली गई होनी आ। तो उधर मेरी मासी के गई सी, तो वह कहिंदी इधर, वह कहिंदी भी मैं नहीं फोन चकना गा, तो मैं कम से जान लगा ही। मैं चल मैं जाके वो कम से कहना भी घर जा वड़ा तू, अज ना जा कम से। तो मैं कुदरती फोन लाया शॉप पर जाके, तो इतों पुलिस वाले ने चुका ही, तो उन्होंने मेरे तो एड्रैस वगैरह पूछा, तुम कितों बोलते हैं की लगते हैं। मैं उन्होंने दसा मैं मेरी मासी है, मैं वह भाणजा। तो मैं क्या ए करके ना लड़के गई है माड़ा जहा घरों, तो मेरी गल कराओ कि उन्होंने सानू दसा भी उन्हें नहर च छाल मारती, तो नाल जवाक भी लैके डुब गई। जवाक नूं तां कहिंदे कढ लिया, तो हजे तक वो मिले नहीं। कितों के रहने वाले? अभी मुक्तसर के रहने वाले। जिन्होंने छाल मारी वो भी मुक्तसर की, मेरी मासी मुक्तसर की रहने वाली सी। वो भी काम करते सी कोई जेडे मासी सी तुहाडे? हाँ जी जी, वो आइलेट्स वाली गली च लगी सी, पानी वगैरह पिआउंदी सी। ओके, ते तुसी की काम करदे? मैं ही कार बाजार ते लगे हां, VIP कार बाजार ते। हाँ जी, मैं भी मुक्तसर तो ही। तुहाडा नाम की यार, की होया की नहर च जिहड़ा तुसीं देखिआ? हाँ, की होया की है जी? ਇਹਨਾਂ ਜੀ ਜਦੋਂ ਅਸੀਂ ਪਿੰਡੋਂ ਚੱਲੇ ਖੇਤ ਨੂੰ ਆ ਰਹੇ ਸੀਗੇ। ਓਕੇ ਜੀ। ਹਾਂਜੀ, ਤੇ ਅਸੀਂ ਆ ਮੋੜੇ ਤੇ ਬੱਚਾ ਲੈ ਕੇ ਬੁੜੀ ਖੜੀ ਸੀ ਮੋੜ ਤੇ। ਓਕੇ, ਅਸੀਂ ਸਾਡੇ ਨਾਲ ਤਾਂ ਉਹ ਮੁੰਡਾ ਜਿਹੜਾ ਡੁੱਬ ਗਿਆ ਜੀ। ਕੀ ਨਾਮ ਸੀ? ਉਹਦਾ ਨਾਮ ਗੁਰਦੀਪ ਸਿੰਘ। ਅੱਛਾ, ਹੋਇਆ ਕੀ ਫਿਰ ਜੀ? ਅਸੀਂ ਉਹਨੂੰ ਉਹ ਆਂਦਾ ਵੀ ਯਾਰ ਬੁੜੀ ਨਹਿਰ 'ਚ ਡਿੱਗੂਗੀ। ਅਸੀਂ ਆਖਿਆ ਯਾਰ ਵੀ ਤੁਸੀਂ ਰਹਿਣ ਦੇ, ਤੂੰ ਇੱਕ ਵਾਰੀ ਆਪਦੇ ਬੰਦੇ ਬੁੰਦੇ ਮੈਂ ਡਿੱਗ ਜੀਵੇ। ਉਹਦਾ ਨਹੀਂ ਯਾਰ, ਬੁੜੀ ਰੋਣ ਲੱਗ ਪਈ, ਉਹਦੇ ਖੂਨ ਨੂੰ ਕੰਨ ਨੂੰ ਖੂਨ ਲੱਗਿਆ ਸੀਗਾ ਜੀ। ਤੇ ਉਹ ਅਸੀਂ ਉੱਥੋਂ ਤੁਰ ਪਏ ਜੀ, ਉੱਥੋਂ ਅਸੀਂ ਇੱਥੇ ਆ ਗਏ। ਉਹ ਬੁੜੀ ਸਾਡੇ ਮਗਰ ਤੁਰ ਪਈ, ਉਹਨੇ ਇੱਥੇ ਖੰਭੇ ਕੋਲ ਆ ਕੇ ਫਿਰ ਵਾਪਸ ਹੋ ਗਈ। ਉਹਦਾ ਯਾਰ ਬੁੜੀ ਬੱਚੇ ਨੂੰ ਲੈ ਕੇ ਨਹਿਰ 'ਚ ਡਿੱਗੂਗੀ। ਉਹ ਜਦੋਂ ਮੁੜ ਪਿਆ, ਸਾਡਾ ਨਾਲ ਬੰਦਾ ਇੱਕ ਹੋਰ ਵੀ ਸੀਗਾ, ਉਹਦੇ ਨਹਾਉਣ ਦੋਨੇ ਨਹੀਂ ਜਾਣਦੇ ਸੀਗੇ। ਉਹ ਜਦੋਂ ਬੁੜੀ ਨੇ ਡੌਲੇ 'ਤੇ ਖੜ ਕੇ ਛਾਲ ਮਾਰੀ, ਉਹਨੇ ਮਗਰੋਂ ਉਹਦੇ ਵਾਲ ਫੜੇ ਬੁੜੀ ਦੇ। ਉਹ ਬੁੜੀ ਭਾਰੀ ਸੀ ਸਰੀਰ ਦੀ, ਤੇ ਉਹ ਲੈ ਕੇ ਉਹਨੂੰ ਨਾਲ ਹੀ ਛੋੜ ਗਈ। ਬੱਚੇ ਦਾ ਕੀ? ਬੱਚਾ ਤਾਂ ਫਿਰ ਨਾਲ ਨਾਲ ਆਉਂਦਾ ਸੀ, ਕੱਢ ਲਿਆ ਸੀ। ਹੋਰ ਮੁੰਡਾ ਖੜਾ ਸੀ ਇੱਥੇ ਨਾਲ, ਕਿਤੇ ਪਾਣੀ ਭਰੀ ਜਾਂਦਾ ਸੀਗਾ, ਉਹਨੇ ਖਿੱਚ ਲਿਆ ਨਾਲ ਹੀ ਪਾਉਂਦਾ। ਜਿਹੜਾ ਤੁਹਾਡਾ ਜਿਹੜਾ ਬੰਦਾ ਬਚਾ ਵਾਸਤੇ ਗਿਆ ਸੀਗਾ ਅੰਦਰ, ਹਾਂਜੀ, ਜਿਹੜਾ ਨਾਲ ਰੋੜ ਗਿਆ, ਉਹਦਾ ਨਾਮ ਕੀ ਸੀਗਾ? ਉਹਦਾ ਨਾਮ ਗੁਰਦੀਪ ਸਿੰਘ ਸੀ। ਉਹ ਕਿਹੜੇ ਪਿੰਡ ਦਾ ਸੀ? ਕਰਦਾ ਹੀ ਸੀ। ਓਕੇ, ਹੋਇਆ ਹੈਗਾ ਔਰ ਕੀ ਹੁਣ ਤੱਕ ਜਿਹੜਾ ਸਾਹਮਣੇ? ਜੀ, ਸਾਨੂੰ ਇਨਫੋਰਮੇਸ਼ਨ ਆਈ 112 ਸਾਡੀ ਹੈਲਪਲਾਈਨ 'ਤੇ, ਇੱਥੇ ਭੁੱਲਰ ਨਹਿਰ 'ਤੇ ਕਿਸੇ ਲੇਡੀ ਨੇ ਛਾਲ ਮਾਰੀ ਹੈ। ਅਸੀਂ ਇਮੀਡੀਏਟਲੀ ਇੱਥੇ ਪਹੁੰਚ ਗਏ ਸੀ। ਇੱਥੇ ਆ ਕੇ ਪਤਾ ਲੱਗਿਆ ਵੀ ਇੱਕ ਲੇਡੀ ਸੀ, ਉਹਦਾ ਨਾਮ ਪਰਮਿੰਦਰ ਕੌਰ, ਵਾਸੀ ਗੁਨਿਆਣਾ ਚੌਂਕ ਮੁਕਤਸਰ ਦੀ ਸੀ। ਉਹਨੇ ਕਿਸੇ ਵਜ੍ਹਾ ਕਾਰਨ ਨਹਿਰ ਛਾਲ ਮਾਰੀ ਸੀ ਸਮੇਤ ਆਪਦੇ ਬੱਚੇ, ਅਤੇ ਇੱਕ ਰਾਹਗੀਰ ਸੀ ਇੱਥੇ ਖਾਕਾ ਸਿੰਘ ਵਾਸੀ ਭੁੱਲਰ ਦਾ, ਉਹਨੇ ਉਹਨੂੰ ਬਚਾਉਣ ਦੇ ਲਈ ਮਗਰ ਇਹਦੇ ਛਾਲ ਮਾਰਤੀ ਸੀ, ਬਟ ਅਨਫੋਰਚੁਨੇਟਲੀ ਉਹ ਦੋਨੋਂ ਨਹੀਂ ਬਚ ਸਕੇ। ਉਹਦੇ ਬੱਚੇ ਨੂੰ ਇੱਕ ਹੋਰ ਬੰਦੇ ਨੇ ਬਚਾ ਲਿਆ, ਬੱਚਾ ਬਿਲਕੁਲ ਠੀਕ ਠਾਕ ਹੈ। ਕਾਰਨਾਂ ਦਾ ਪਤਾ ਲੱਗਿਆ ਹੁਣ ਤੱਕ? ਨਹੀਂ, ਕਾਰਨ ਬਿਲਕੁਲ ਕਨਫਰਮ ਨਹੀਂ ਪਤਾ ਲੱਗਿਆ, ਬਟ ਮੈਨੂੰ ਕੋਈ ਫੋਨ ਆਇਆ ਸੀ, ਲੇਡੀ ਦਾ ਫੋਨ ਸਾਨੂੰ ਮਿਲ ਗਿਆ ਸੀ ਮੌਕੇ 'ਤੇ। ਉਹ ਦੱਸ ਰਹੇ ਸੀ ਵੀ ਮੀਆਂ ਬੀਵੀ ਦਾ ਕੋਈ ਮਾੜੀ ਮੋਟੀ ਮਿਸਅੰਡਰਸਟੈਂਡਿੰਗ ਸੀਗੀ, ਪਰ ਕੋਈ ਜ਼ਿਆਦਾ ਸਾਨੂੰ ਕਾਰਨ ਨਹੀਂ ਪਤਾ ਲੱਗ ਸਕਦਾ। ਓਕੇ।